ਸੋ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ 'ਚੋਂ ਆ ਰਹੀ ਹੈ ਜੋ ਕਿ 3-4 ਦਿਨਾਂ ਤੋਂ ਰੇਡਕਾ ਚੱਲ ਰਿਹਾ ਸੀ ਪੰਜਾਬ ਦੀ ਕੈਬਨਿਟ ਨੂੰ ਲੈ ਕੇ ਉਹ ਤਕਰੀਬਨ ਖਤਮ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਫਾਈਨਲ ਲਿਸਟ ਲਗਾਤਾਰ ਕਿਉਂਕਿ ਹਾਈ ਕਮਾਂਡ ਦੇ ਨਾਲ ਸੀਐਮ ਚੰਨੀ ਦੀਆਂ ਮੀਟਿੰਗਾਂ ਚੱਲ ਰਹੀਆਂ ਸੀ ਉਹਨਾਂ ਦੇ ਵਿੱਚ ਫਾਈਨਲ ਲਿਸਟ ਤਿਆਰ ਹੋ ਚੁੱਕੀ ਹੈ ਸੋ ਲਿਸਟ ਦੇ ਵਿੱਚ ਕਿਹੜੇ ਕਿਹੜੇ ਚਿਹਰੇ ਬਾਹਰ ਜਾਣਗੇ ਅਤੇ ਕਿਹੜੇ ਕਿਹੜੇ ਨਵੇਂ ਚਿਹਰਿਆਂ ਨੂੰ ਇਸ ਮੰਤਰੀ ਮੰਡਲ ਦੇ ਵਿੱਚ ਥਾਂ ਮਿਲੇਗੀ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਕੀ ਖਬਰ ਅੰਦਰ ਦੀ ਕੈਬਨਿਟ ਨੂੰ ਲੈ ਕੇ ਇਹੀ ਖਬਰ ਹੈ ਲਖਵਿੰਦਰ ਜੀ ਜਿਸ ਤਰੀਕੇ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੇੜਕਾ ਚੱਲ ਰਿਹਾ ਸੀ ਤਕਰੀਬਨ 5 ਦਿਨ ਹੋ ਗਏ ਚਰਨਜੀਤ ਸਿੰਘ ਚੰਨੀ ਨੂੰ ਸਹੁੰ ਚੁੱਕਿਆਂ ਨੂੰ ਮੁੱਖ ਮੰਤਰੀ ਬਣਿਆ ਨੂੰ ਪਰ ਹਾਲੇ ਤੱਕ ਜਿਹੜੀ ਉਹਨਾਂ ਦੀ ਕੈਬਨਿਟ ਤਿਆਰ ਨਹੀਂ ਸੀ ਹੋਈ ਹੁਣ ਫਾਈਨਲੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਹੈਗਾ 12:30 ਦਾ ਟਾਈਮ ਰਾਜਪਾਲ ਤੋਂ ਮੰਗ ਲਿਆ ਹੈਗਾ ਤੇ ਉਹਦੇ ਵਿੱਚ ਇਹੀ ਹੈ ਕਿ ਉੱਥੇ ਮੰਤਰੀਆਂ ਨੂੰ ਸਹੁੰ ਜਿਹੜੀ ਹੈ ਚੁਕਾਈ ਜਾ ਸਕਦੀ ਹੈ ਲਿਸਟ ਤਿਆਰ ਹੈ ਲਿਸਟ ਦੇ ਵਿੱਚ ਜਿਹੜੇ ਸਾਡੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਸਾਨੂੰ ਮਿਲ ਰਹੀ ਹੈ ਕਿ ਕਿਹੜੇ ਜਿਹੜੇ ਮੰਤਰੀ ਨਵੇਂ ਬਣ ਰਹੇ ਨੇ ਉਹਨਾਂ ਦੇ ਵਿੱਚ ਗੁਰਪ੍ਰੀਤ ਸਿੰਘ ਕੋਟਲੀ ਦਾ ਨਾਂ ਉਹ ਨਵੇਂ ਕਹਿੰਦੇ ਮੰਤਰੀ ਬਣ ਰਹੇ ਨੇ ਪ੍ਰਗਟ ਸਿੰਘ ਦਾ ਨਾਮ ਹੈ ਕਿ ਪ੍ਰਗਟ ਸਿੰਘ ਨਵੇਂ ਮੰਤਰੀ ਬਣ ਰਹੇ ਨੇ ਸੰਗਤ ਸਿੰਘ ਗਿਲਜੀਆਂ ਦਾ ਨਾਮ ਹੈ ਰਾਣਾ ਗੁਰਜੀਤ ਸਿੰਘ ਦਾ ਨਾਮ ਹੈ ਰਾਜਾ ਵੜਿੰਗ ਦਾ ਨਾਮ ਹੈ ਰਾਜਕੁਮਾਰ ਵੇਰਕਾ ਦਾ ਨਾਮ ਹੈ ਕੁਲਜੀਤ ਸਿੰਘ ਨਾਗਰਾ ਇਹ ਜਾਣੀ ਜਿਹੜੇ 7 ਜਿਹੜੇ ਹੈਗੇ ਆ ਇਹ ਨਵੇਂ ਮੰਤਰੀ ਜਿਹੜੇ ਆ ਬਣ ਰਹੇ ਆ ਕੁਲਜੀਤ ਸਿੰਘ ਨਾਗਰਾ ਤੇ ਸੰਗਤ ਸਿੰਘ ਗਿਲਜੀਆਂ ਜਿਹੜੇ ਆ ਤੇ ਨਾਲ ਪ੍ਰਗਟ ਸਿੰਘ ਇਹ ਕਾਰਜਕਾਰੀ ਪ੍ਰਧਾਨ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਚੱਲ ਰਹੇ ਨੇ ਤੇ ਇਹਨਾਂ ਤਿੰਨਾਂ ਨੂੰ ਜਿਹੜਾ ਕੈਬਨਿਟ ਮੰਤਰੀ ਬਣਾਇਆ ਜਾ ਰਿਹਾ ਯਾਨੀ ਕਿ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਗੁਰਗੀਤ ਕੋਟਲੀ ਪ੍ਰਗਟ ਸਿੰਘ ਸੰਗਤ ਸਿੰਘ ਗਿਲਜੀਆਂ ਰਾਣਾ ਗੁਰਜੀਤ ਸਿੰਘ ਰਾਜਾ ਵੜਿੰਗ ਰਾਜਕੁਮਾਰ ਵੇਰਕਾ ਤੇ ਕੁਲਜੀਤ ਸਿੰਘ ਨਾਗਰਾ ਨੂੰ ਚੰਨੀ ਦੀ ਕੈਬਨਿਟ ਦੇ ਵਿੱਚ ਜਿਹੜੀ ਆ ਉਹ ਜਗ੍ਹਾ ਮਿਲ ਸਕਦੀ ਹੈ ਤੇ ਯਾਨੀ ਛੁੱਟੀ ਫਿਰ ਕਿਹੜੇ ਕੈਬਨਿਟੀਆਂ ਦੀ ਹੋ ਸਕਦੀ ਹੈ ਉਹ ਵੀ ਆਪਣੇ ਦਰਸ਼ਕ ਸੋਚ ਰਹੇ ਹੋਣਗੇ ਉਹ ਵੀ ਦੱਸ ਦਈਏ ਤੇ ਛੁੱਟੀ ਹੋ ਰਹੀ ਹੈ ਰਾਣਾ ਗੁਰਮੀਤ ਸਿੰਘ ਸੋਢੀ ਦੀ ਇਹ ਦੱਸਿਆ ਜਾ ਰਿਹਾ ਸਾਡੇ ਭਰੋਸੇਯੋਗ ਸੂਤਰਾਂ ਦੇ ਵੱਲੋਂ ਕਿ ਰਾਣਾ ਗੁਰਮੀਤ ਸਿੰਘ ਸੋਢੀ ਦੀ ਛੁੱਟੀ ਹੋ ਸਕਦੀ ਹੈ ਜਿਹੜੇ ਸਪੋਰਟਸ ਮਿਨਿਸਟਰ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਛੁੱਟੀ ਜਿਹੜੀ ਹੋ ਸਕਦੀ ਹੈ ਹੋ ਰਹੀ ਹੈ ਤੇ ਨਾਲ ਹੀ ਸੁੰਦਰ ਸ਼ਿਆਮ ਅਰੋੜਾ ਦੀ ਹੋ ਰਹੀ ਹੈ ਛੁੱਟੀ ਤੇ ਨਾਲ ਹੀ ਨਾਲ ਜਿਹੜੇ ਸਾਧੂ ਸਿੰਘ ਧਰਮਜੋਤ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਇਹ ਜਿਹੜੇ ਸਾਰੇ ਮੰਨੇ ਜਾਂਦੇ ਸੀਗੇ ਉਹਨਾਂ ਦੀ ਛੁੱਟੀ 4th ਨੰਬਰ ਤੇ 5ਵੀਂ ਜਿਹੜੀ ਛੁੱਟੀ ਹੈ ਉਹ ਗੁਰਪ੍ਰੀਤ ਸਿੰਘ ਕਾਂਗੜ ਦੀ ਜਿਹੜੀ ਹੈ ਉਹ ਹੋ ਰਹੀ ਹੈ ਯਾਨੀ ਕਿ 7 ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲੀ ਹੈ ਜਿਹੜੇ ਮੈਂ ਤੁਹਾਨੂੰ ਦੱਸ ਕੇ ਹਟਿਆ ਤੇ 5 ਨਵੇਂ ਚਿਹਰਿਆਂ ਨੂੰ ਮਾਫ ਕਰਨਾ 5 ਚਿਹਰਿਆਂ ਨੂੰ ਜਿਹੜਾ ਕੈਬਨਿਟ ਦੇ ਵਿੱਚੋਂ ਬਾਹਰ ਦਾ ਜਿਹੜਾ ਉਹ ਰਸਤਾ ਦਿਖਾਇਆ ਜਾ ਰਿਹਾ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਿਹੜਾ ਹੈਗਾ 12:30 ਦਾ ਜਿਹੜਾ ਸਮਾਂ ਮੰਗ ਲਿਆ ਰਾਜਪਾਲ ਦਾ ਤੇ ਉੱਥੇ ਇਹਨਾਂ ਨਵੇਂ ਕੈਬਨਿਟ ਮੰਤਰੀਆਂ ਨੂੰ ਜਿਹੜੀ ਆ ਉਹ ਸਹੁੰ ਚੁਕਾਈ ਜਾਊਗੀ ਤੇ ਦੂਜਿਆਂ ਦੀ ਜਿਹੜੀ ਆ ਉਹ ਛੁੱਟੀ ਹੋ ਜਾਏਗੀ ਹੁਣ ਤੋਂ ਕੁਝ ਹੀ ਦੇਰ ਬਾਅਦ 12:30 ਜਿਹੜਾ ਹੈਗਾ ਰਾਜਪਾਲ ਨੂੰ ਮਿਲਣਗੇ ਚਰਨਜੀਤ ਸਿੰਘ ਚੰਨੀ ਤੇ ਇੱਥੇ ਸਿਰਫ ਅੱਜ ਕੈਬਨਿਟ ਦੇ ਵਿੱਚ ਹੀ ਬਦਲਾਵ ਨਹੀਂ ਹੋਇਆ ਇਸ ਤੋਂ ਪਹਿਲਾਂ 10 ਵੱਡੇ IAS ਤੇ PCS ਅਧਿਕਾਰੀਆਂ ਦਾ ਵੀ ਤਬਾਦਲਾ ਜਿਹੜਾ ਹੋਇਆ ਜਾਨੀ ਅੱਜ ਵੱਡੇ ਪੱਧਰ ਦੇ ਉੱਪਰ ਹੋਰ ਵੀ ਤਬਾਦਲੇ ਜਿਹੜੇ ਹੋ ਸਕਦੇ ਆ ਕੈਬਨਿਟ ਤਾਂ ਵਹੀਂ ਬਣੀ ਹੈ ਨਾਲ 10 PCS ਤੇ ਜਿਹੜੇ IAS ਅਧਿਕਾਰੀਆਂ ਦੇ ਵੀ ਤਬਾਦਲੇ ਹੋਏ ਨੇ ਜੀ ਸੁਖਵਿੰਦਰ ਜੀ ਜਿਵੇਂ ਤੁਸੀਂ ਦੱਸਿਆ ਵੀ ਜਿਹੜੇ 5 ਤੁਸੀਂ ਚਿਹਰੇ ਦੱਸੇ ਨੇ ਵੀ ਜਿਹੜੇ ਜਾ ਸਕਦੇ ਨੇ ਕੈਬਨਿਟ ਦੇ ਵਿੱਚੋਂ ਲੇਕਿਨ ਜੇ ਗੱਲ ਕਰੀਏ ਪਹਿਲੇ ਦਿਨ ਤੋਂ ਜਦੋਂ ਕੈਬਨਿਟ ਵਿਸਥਾਰ ਦੀ ਗੱਲ ਚੱਲ ਰਹੀ ਸੀ ਉਦੋਂ ਤੋਂ ਇਹ ਤਕਰੀਬਨ 5 ਚਿਹਰੇ ਚਾਹੇ ਸਾਧੂ ਸਿੰਘ ਧਰਮਸੋਤ ਦੀ ਗੱਲ ਕਰੀਏ ਚਾਹੇ ਕਾਂਗੜ ਜੀ ਦੀ ਗੱਲ ਕਰੀਏ ਚਾਹੇ ਰਾਣਾ ਸੋਢੀ ਦੀ ਗੱਲ ਕਰੀਏ ਅਤੇ ਇਹ ਤਾਂ ਚਿਹਰੇ ਤਕਰੀਬਨ ਪਹਿਲਾਂ ਹੀ ਸੋਚ ਰਹੇ ਸੀ ਸਾਰੇ ਚਰਚਾ ਵੀ ਸੀ ਜਾਣਗੇ ਫਿਰ ਜੇ ਇਹ ਚਿਹਰੇ ਉਦੋਂ ਹੀ ਬਾਹਰ ਜਾਣੇ ਹੀ ਸੀਗੇ ਜਾਂ ਜਿਵੇਂ ਤੁਸੀਂ ਅੱਜ ਕਹਿ ਰਹੇ ਹੋ ਵੀ ਬਾਹਰ ਜਾਣਗੇ ਤਾਂ ਇਹ ਇੰਨਾ ਲੰਮਾ ਰੇੜਕਾ ਚੱਲਿਆ ਕਿਸ ਗੱਲ ਦਾ ਗਾ ਜੋ ਕਿ 4 ਦਿਨ ਚੱਲਦੇ ਰਹੇ ਨੇ ਰੇੜਕੇ ਨੂੰ ਇਹਨਾਂ ਚਿਹਰੇ ਨੂੰ ਲੈ ਕੇ ਫਿਰ ਲੰਮਾ ਰੇੜਕਾ ਕਿਉਂ ਸੀ ਇੰਨਾ ਅਸਲ ਦੇ ਵਿੱਚ ਗੱਲ ਇਹ ਸੀ ਕਿ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਕਿਉਂਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਨਾਲ ਗੁੱਸੇ ਚੱਲ ਰਹੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਖਾਸਮ ਖਾਸ ਸੀ ਕਿਤੇ ਨਾ ਕਿਤੇ ਹਾਈਕਮਾਨ ਇਹ ਸੋਚ ਰਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹਦੀ ਤਾਂ ਅਸੀਂ ਜਿਹੜੀ ਹੈਗੀ ਆ ਨਾਰਾਜ਼ਗੀ ਮੁੱਲ ਲਈ ਹੋਈ ਹੋਈ ਹੈ ਤੇ ਕਿਤੇ ਹੋਰ ਜਿਹੜੇ ਮੰਤਰੀ ਨੇ ਉਹਨਾਂ ਦੀ ਵੀ ਨਾਰਾਜ਼ਗੀਆਂ ਮੁੱਲ ਲਏ ਸੀ ਜਿਵੇਂ ਤੁਸੀਂ ਦੇਖਿਆ ਕਿ ਇੱਥੋਂ ਜਿਹੜੇ ਸੁਨੀਲ ਜਾਖੜ ਨੇ ਉਹ ਵੀ ਥੋੜ੍ਹਾ ਗੁੱਸੇ ਦਿਖਾਈ ਦਿੱਤੇ ਸੀਗੇ ਤੇ ਉਹਨਾਂ ਨੂੰ ਨਾਲ ਲਿਜਾ ਕੇ ਦਿੱਲੀ ਰਾਹੁਲ ਤੇ ਪ੍ਰਿਯੰਕਾ ਦੇ ਵੱਲੋਂ ਉੱਥੇ ਜਿਹੜਾ ਮਨਾਇਆ ਗਿਆ ਤੇ ਕਿਤੇ ਨਾ ਕਿਤੇ ਹਾਈਕਮਾਨ ਦੇ ਧਿਆਨ ਦੇ ਵਿੱਚ ਇਹ ਗੱਲ ਸੀ ਕਿ ਜੇਕਰ ਇਹਨਾਂ ਬੰਦਿਆਂ ਦੀ ਛੁੱਟੀ ਕਰ ਦਿੱਤੀ ਜਾਂਦੀ ਆ ਕਿਤੇ ਇਹ ਮੰਤਰੀ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾ ਕੇ ਜੁੜ ਨਾ ਜਾਣ ਕੈਪਟਨ ਅਮਰਿੰਦਰ ਸਿੰਘ ਦੀ ਤਾਕਤ ਕਿਤੇ ਵੱਧ ਨਾ ਜਾਵੇ ਤੇ ਕਿਤੇ ਇਹ ਵੀ ਗੱਲ ਸੋਚੀ ਜਾ ਰਹੀ ਸੀ ਕਿ ਜੇਕਰ ਇਹ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ ਵੀ ਜੁੜਦੇ ਪਾਰਟੀ ਹਾਈਕਮਾਨ ਨੂੰ ਬਾਕੀ ਸੁਰਾਂ ਦਿਖਾ ਕੇ ਕੈਪਟਨ ਨਾਲ ਨਹੀਂ ਵੀ ਜੁੜਦੇ ਤਾਂ ਜਿਹੜਾ ਲੋਕਾਂ ਦੇ ਵਿੱਚ ਇਹ ਮੈਸੇਜ ਆਊਗਾ ਕਿ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਦੇ ਕਰਕੇ ਇਹਨਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਤੇ ਤੁਸੀਂ ਜਾਣਦੇ ਹੋ ਕਿ ਬੜਾ ਥੋੜਾ ਸਮਾਂ ਰਹਿ ਗਿਆ ਲੋਕਾਂ ਦੇ ਵਿੱਚ ਵੋਟਾਂ ਮੰਗਣ ਵੀ ਜਾਣਾ ਤੇ ਲੋਕਾਂ ਦੇ ਵਿੱਚ ਇਹ ਮੈਸੇਜ ਆਊਗਾ ਜਿਹੜਾ ਮੈਂ ਤੁਹਾਨੂੰ ਦੱਸ ਕੇ ਰਿਹਾ
ਤਾਂ ਫਿਰ ਲੋਕਾਂ ਦੇ ਵਿੱਚ ਜਦੋਂ ਇਹ ਮੈਸੇਜ ਆਊਗਾ ਤਾਂ ਫਿਰ ਵੋਟਾਂ ਵੀ ਨਹੀਂ ਪੈਣਗੀਆਂ, ਤਾਂ ਫਿਰ ਜਦੋਂ ਇਹ ਹਾਰ ਜਾਣਗੇ ਤਾਂ ਪਾਰਟੀ ਨੂੰ ਵੀ ਨੁਕਸਾਨ ਹੋਊਗਾ। ਯਾਨੀ ਕਿ ਦੋ ਵੱਡੇ ਰੇਡ ਕੇ ਪਾਰਟੀ ਹਾਈਕਮਾਨ ਦੇ ਅੰਦਰ ਚੱਲ ਰਹੀ ਸੀ ਕਿ ਜੇਕਰ ਇਹਨਾਂ ਦੀ ਛੁੱਟੀ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਜਾ ਕੇ ਇਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਜਾ ਕੇ ਮਿਲ ਸਕਦੇ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸੀ, ਉਹਨਾਂ ਨੇ ਹੀ ਕੈਬਨਿਟ 'ਚ ਇਹਨਾਂ ਨੂੰ ਲੈ ਕੇ ਆਉਂਦਾ ਸੀ ਤੇ ਉਹੀ ਇਹਨਾਂ ਦੇ ਜਿਹੜੇ ਅੱਗੇ ਰਾਜਨੀਤੀ ਦੇ ਵਿੱਚ ਲਿਆ ਰਹੇ ਸੀਗੇ। ਤੇ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਇਹ ਗੱਲਾਂ ਚਲੀ ਜਾਵੇ ਕਿ ਕਿਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਚਲੇ ਗਏ ਆ ਤੇ ਸਾਡੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਹੈ ਤੇ ਅੱਗੇ ਸਾਨੂੰ ਟਿਕਟਾਂ ਵੀ ਮਿਲਦੀਆਂ ਕਿ ਨਹੀਂ ਮਿਲਦੀਆਂ, ਤੋਂ ਬਿਹਤਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਜਾ ਕੇ ਜੁੜੀਏ। ਇਸ ਗੱਲ ਤੋਂ ਹਾਈ ਕਮਾਨ ਜਿਹੜੀ ਉਹ ਡਰ ਰਹੀ ਹੈ। ਇਹਨੂੰ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਜੇ ਇਹਨਾਂ ਦੀ ਛੁੱਟੀ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਵੀ ਜਾਣਾ, ਲੋਕਾਂ ਦੇ ਵਿੱਚ ਮੈਸੇਜ ਗਲਤ ਜਾਊਗਾ ਤੇ ਗਲਤ ਮੈਸੇਜ ਗਿਆ ਤਾਂ ਇਹ ਜਿਹੜੇ ਆ ਅੱਗੇ ਚੋਣਾਂ ਵੀ ਲੜਨੀਆਂ ਨੇ, ਹਾਰ ਵੀ ਸਕਦੇ ਤੇ ਜਿਹਦਾ ਇਹਨਾਂ ਨੂੰ ਤਾਂ ਨੁਕਸਾਨ ਹੋਊਗਾ ਹੀ ਹੋਊਗਾ, ਨਾਲ ਜਿਹੜਾ ਪਾਰਟੀ ਹਾਈਕਮਾਨ ਨੂੰ ਤੇ ਕਾਂਗਰਸ ਨੂੰ ਵੀ ਹੋਊਗਾ। ਕਹਿਣਾ ਵਾਲ ਸਿੱਧੂ ਸਾਹਿਬ ਵੀ ਜਿਹੜੇ ਹੁਣ ਇਹ ਚਿਹਰੇ ਸੀਗੇ ਜਿਹੜੇ ਪੰਜ ਚਿਹਰੇ ਆਪਾਂ ਗੱਲ ਕਰ ਰਹੇ ਬਾਹਰ ਜਾ ਰਹੇ ਨੇ, ਹਾਈਕਮਾਂਡ ਨੇ ਇਹਨਾਂ ਨੂੰ ਹੁਣ ਆਪਣੇ ਵਿਸ਼ਵਾਸ 'ਚ ਲੈ ਲਿਆ, ਮਤਲਬ ਕਿ ਬਗਾਵਤ ਦੀ ਸੁਰ ਨਹੀਂ ਉਠਾ ਸਕਣਗੇ ਹੁਣ ਇਹ ਜੇ 3 ਜਾਂ 4 ਮਹੀਨੇ ਦੀ ਟੈਨਿਓਰ ਰਹਿੰਦੀ ਹੈਗੀ। ਹੁਣ ਦੇਖੋ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਲਗਾਤਾਰ ਚੱਲੀਆਂ ਨੇ, ਹਾਈਕਮਾਂਡ ਨੇ ਕੁਝ ਨਾ ਕੁਝ ਤਾਂ ਸੋਚਿਆ ਹੀ ਹੋਊਗਾ, ਕੋਈ ਨਾ ਕੋਈ ਤਾਂ ਬਣਾਈ ਹੋਊਗੀ। ਤੁਸੀਂ ਦੇਖਿਆ ਕਿ ਪਰਸੋਂ ਵੀ ਚਰਨਜੀਤ ਸਿੰਘ ਚੰਨੀ ਜਿਹੜੇ ਇੱਥੋਂ ਮੀਟਿੰਗ ਜਾਂਦੇ ਆ ਉੱਥੇ, ਪਹਿਲਾਂ ਉਦਣ ਹੀ ਜਾਂਦੇ ਨੇ, ਮੰਗਲਵਾਰ ਨੂੰ ਜਾਂਦੇ ਨੇ ਸੰਤੋਖ ਸਿੰਘ ਚੰਨੀਵਾਲ ਹੁੰਦੇ ਆ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਵੀਰਵਾਰ ਨੂੰ ਬੁਲਾਇਆ ਜਾਂਦਾ ਚਰਨਜੀਤ ਸਿੰਘ ਚੰਨੀ ਨੂੰ, ਫਿਰ ਰਾਤ 2 ਵਜੇ ਤੱਕ ਜਿਹੜੀ ਆ ਇਹ ਮੀਟਿੰਗ ਚੱਲਦੀ ਆ, ਯਾਨੀ ਲੰਬੀ ਮੀਟਿੰਗ 4 ਘੰਟੇ ਦੀ ਇਹ ਮੀਟਿੰਗ ਰਾਤ 2 ਵਜੇ ਤੱਕ ਚੱਲਦੀ ਹੈ। ਚਰਨਜੀਤ ਸਿੰਘ ਚੰਨੀ ਪੰਜਾਬ ਆ ਜਾਂਦੇ ਨੇ, ਫਿਰ ਸੁਨੇਹਾ ਜਾਂਦਾ ਕਿ ਭਾਈ ਆਓ, ਰਾਤ ਫਿਰ ਦੱਸਿਆ ਜਾ ਰਿਹਾ ਕਿ ਰਾਤੀ ਇਹ ਮੀਟਿੰਗ ਫਿਰ 2 ਵਜੇ ਤੱਕ ਚੱਲੀ ਹੈ। ਯਾਨੀ ਕਿ ਕੁੱਝ ਨਾ ਕੁੱਝ ਹਾਈਕਮਾਨ ਨੇ ਪਲੈਨਿੰਗ ਕੀਤੀ ਹੋਣੀ ਹੈ, ਕੁੱਝ ਨਾ ਕੁੱਝ ਹਾਈਕਮਾਨ ਨੇ ਪ੍ਰੋਸੈਸ 'ਚ ਕਿਸੇ ਨਾ ਕਿਸੇ ਨੂੰ ਲਿਆ ਹੋਣਾ, ਜਾਂ ਉਹਨਾਂ ਨੂੰ ਕੁੱਝ ਨਾ ਕੁੱਝ ਅੱਗੇ ਆਪਣੇ ਦੀ ਚੰਗਾ ਦਿਖਾਈ ਦਿੰਦਾ ਹੋਣਾ। ਇਸੇ ਕਰਕੇ ਹੀ ਉਹਨਾਂ ਨੇ ਜਿਹੜੇ ਇਹ ਫੈਸਲਾ ਲਿਆ, ਇੱਦਾਂ ਨਹੀਂ ਆ ਕਿ ਉਹਨਾਂ ਨੇ ਦੇਖਿਆ ਹੁਣ ਬਿਨਾਂ ਸੋਚੇ ਸਮਝੇ, ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ, ਕਿਉਂਕਿ 5 ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਹੁੰ ਚੱਕੇ ਨੂੰ ਹੋ ਗਿਆ ਤਾਂ ਕੈਬਨਿਟ ਦਾ ਵਿਸਤਾਰ ਨਹੀਂ ਹੋਇਆ, ਉਧਰੋਂ ਜਿਹੜਾ ਟਾਈਮ ਬੜਾ ਥੋੜਾ ਰਹਿ ਚੁੱਕਿਆ, ਤਾਂ ਹੋ ਸਕਦਾ ਕਿ ਸਾਰੀਆਂ ਗੱਲਾਂ ਬਾਤਾਂ ਸੋਚ ਵਿਚਾਰ ਕਰਕੇ ਹੀ ਜਿਹੜੀਆਂ ਇਹ ਗੱਲਾਂ ਹੋਈਆਂ ਹੋਣ, ਕਿਉਂਕਿ ਇੱਦਾਂ ਤਾਂ ਹੋ ਨਹੀਂ ਸਕਦਾ, ਕਿਉਂਕਿ ਲੰਬੀਆਂ ਮੀਟਿੰਗਾਂ ਵੀ ਚੱਲੀਆਂ ਨੇ, ਤਾਂ ਫਿਰ ਅੱਗੇ ਸਰਕਾਰ ਵੀ ਰਿਪੀਟ ਕਰਾਉਣੀ, ਤਾਂ ਸਾਰੀਆਂ ਗੱਲਾਂ ਜਿਹੜੀਆਂ ਸੋਚ ਸਮਝ ਕੇ ਹੀ ਕੀਤੀਆਂ ਗਈਆਂ ਹੋਣ। ਸੋ ਸਿੱਧੂ ਸਾਹਿਬ ਅਹਿਮ ਜਾਣਕਾਰੀ ਦੇਣ ਲਈ ਧੰਨਵਾਦ। ਸੋ ਇਹ ਸੀ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ, ਜਿਨ੍ਹਾਂ ਨੇ ਅਹਿਮ ਜਾਣਕਾਰੀ ਦਿੱਤੀ ਕਿ ਦੁਪਹਿਰ 12:30 ਵਜੇ ਜਿਵੇਂ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ CM ਦੇ ਵੱਲੋਂ ਰਾਜਪਾਲ ਨੂੰ ਮਿਲਣ ਦਾ ਸਮਾਂ ਤੈਅ ਕਰ ਲਿਆ ਗਿਆ, ਭਾਵ ਕਿ ਰਾਜਪਾਲ ਵੱਲੋਂ ਟਾਈਮ ਫਿਕਸ ਕਰ ਦਿੱਤਾ ਗਿਆ 12:30 ਵਜੇ ਪੰਜਾਬ ਦੇ ਨਵੇਂ CM ਰਾਜਪਾਲ ਨੂੰ ਮਿਲਣਗੇ। ਹੋ ਸਕਦਾ ਵੀ ਉੱਥੇ ਨਵੀਂ ਕੈਬਨਿਟ ਦੇ ਵਿਸਥਾਰ ਬਾਰੇ ਗੱਲਬਾਤ ਹੋਏਗੀ, ਹੋ ਸਕਦਾ ਅੱਜ ਸ਼ਾਮਾਂ ਤੱਕ ਆਉਣ ਤੋਂ ਪਹਿਲਾਂ ਇਹ ਕੈਬਨਿਟ ਦਾ ਵਿਸਥਾਰ ਹੋ ਜਾਵੇ। ਚਿਹਰਿਆਂ ਦੀ ਗੱਲ ਵੀ ਕੀਤੀ ਹੈ ਕਿ 7 ਨਵੇਂ ਚਿਹਰੇ ਕੈਬਨਿਟ ਦੇ ਵਿੱਚ ਆ ਸਕਦੇ ਨੇ, ਅਤੇ ਨਾਲ 5 ਜੋ ਕਿ ਕੈਪਟਨ ਧੜੇ ਦੇ ਖਾਸਮ ਖਾਸ ਮੰਤਰੀ ਸੀ, ਉਹਨਾਂ ਦੀ ਛੁੱਟੀ ਵੀ ਲਗਭਗ ਤੈਅ ਹੋ ਚੁੱਕੀ ਹੈ। ਸੋ ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਰੋਜ਼ਾਨਾ ਲੋਕਨਾਥ TV ਦੇ ਨਾਲ।